ਪੰਜਾਬੀ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦਿੱਲੀ ਤੋਂ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਤੇ ਉੱਥੋਂ ਉਹ ਜਿੱਤ ਗਏ। ਪਰ ਇਹਨਾਂ ਦਿਨਾਂ ਵਿੱਚ ਬੀਜੇਪੀ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਗਲਤੀਆਂ ਕੱਢਦੇ ਹੋਏ ਨਜ਼ਰ ਆ ਰਹੇ ਨੇ। ਮਤਲਬ ਬੀਜੇਪੀ ਨੇ ਉਹਨਾਂ ਦੀ ਡਿਊਟੀ ਲਾਈ ਹੈ ਕਿ ਜਿੱਥੇ ਵੀ ਤੁਹਾਨੂੰ ਮਾੜੀ ਮੋਟੀ ਵੀ ਕੋਈ ਗਲਤੀ ਲੱਗਦੀ ਹੈ ਉਸ ਨੂੰ ਤੁਸੀਂ ਵਧੀਆ ਤਰੀਕੇ ਦੇ ਨਾਲ ਪ੍ਰੈਸ ਦੇ ਸਾਹਮਣੇ ਰੱਖਣਾ ਹੈ। ਔਰ ਹੰਸਰਾਜ ਹੰਸ ਇੱਕ ਸਕੂਲ ਦੇ ਵਿੱਚ ਗਏ ਜਦੋਂ ਉਹਨਾਂ ਦੀ ਸਕੂਲ ਦੇ ਵਿੱਚ ਐਂਟਰੀ ਹੋਈ ਔਰ ਦੋਸਤੋ ਮਤਲਬ ਇੰਨੇ ਸਕੂਲਾਂ ਦੇ ਵਿੱਚੋਂ ਸਿਰਫ ਚੁਨਿੰਦਾ 4-5 ਸਕੂਲ ਹੀ ਮਤਲਬ ਜਿਨ੍ਹਾਂ ਦੇ ਵਿੱਚ ਕੁਛ ਇੱਕ ਗਲਤੀਆਂ ਕੱਢ ਸਕੇ ਨੇ ਸਿਰਫ ਚੁਨਿੰਦਾ ਸਕੂਲ ਦੇ। ਬਾਕੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੋ ਦਿੱਲੀ ਦੇ ਵਿੱਚ ਕੰਮ ਕੀਤਾ ਹੈ ਲਾਜਵਾਬ ਕੰਮ ਕੀਤਾ ਹੈ। ਲੇਕਿਨ ਜਦੋਂ ਉਸ ਸਕੂਲ ਦੇ ਵਿੱਚ ਹੰਸ ਰਾਜ ਹੰਸ ਆਪਣੀ ਟੀਮ ਦੇ ਨਾਲ ਗਏ ਤਾਂ ਉਹ ਵੀਡੀਓ ਨਾਲੋਂ ਨਾਲ ਬਣਦੀ ਰਹੀ ਤੇ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ। ਪਹਿਲਾਂ ਤੁਸੀਂ ਉਹ ਵੀਡੀਓ ਵੇਖੋ ਜਿਸ ਵੀਡੀਓ ਦੇ ਵਿੱਚ ਹੰਸ ਰਾਜ ਆਪਣੀ ਪੂਰੀ ਟੀਮ ਦੇ ਨਾਲ ਦਿੱਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਜਵਾਬ ਦਿੰਦੇ ਨੇ ਔਰ ਜਵਾਬ ਦੇ ਵਿੱਚ ਇਹ ਕਹਿ ਰਹੇ ਨੇ ਕਿ ਬੀਜੇਪੀ ਮੇਰੀਆਂ ਔਰ ਮੇਰੀ ਸਰਕਾਰ ਦੀਆਂ ਗਲਤੀਆਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਉਹ ਨਾਕਾਮ ਹੋ ਰਹੀ ਹੈ। ਵੇਖੋ ਹੰਸ ਰਾਜ ਦਾ ਵੀਡੀਓ ਔਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਸੰਬੰਧ ਵਿੱਚ ਕੀ ਕਿਹਾ। ਅਮਿਤ ਸ਼ਾਹ ਜੀ ਨੇ ਆਪਣੀ ਪੂਰੀ ਭਾਰਤੀ ਜਨਤਾ ਪਾਰਟੀ ਕੇ ਸਾਰੇ ਕਾਰਯਕਰਤਾਓਂ ਕੋ ਸਾਰੇ ਸਾਂਸਦੋਂ ਕੋ ਦਿੱਲੀ ਸਰਕਾਰ ਕੇ ਸਾਰੇ ਸਕੂਲੋਂ ਮੇਂ ਸਾਰੀ ਕਮੀਆਂ ਨਿਕਾਲਨੇ ਕੇ ਲੀਏ ਭੇਜ ਦਿਆ। ਪਿਛਲੇ 3-4 ਦਿਨ ਸੇ ਪੂਰੀ ਭਾਰਤੀ ਜਨਤਾ ਪਾਰਟੀ ਕੇ ਸਭੀ ਲੀਡਰਸ ਸਭੀ ਸਾਂਸਦ ਲੈਂਸ ਲੈ ਕੇ ਪੂਰੀ ਦਿੱਲੀ ਕੇ ਸਰਕਾਰੀ ਸਕੂਲੋਂ ਮੇਂ ਉਸਕੀ ਕਮੀਆਂ ਨਿਕਾਲਨੇ ਕੇ ਲੀਏ ਘੂਮ ਰਹੇ ਹੈ ਔਰ ਸਾਰੀ ਪੂਰੀ ਇਨਕੀ ਜਾਂਚ ਕਾ ਨਤੀਜਾ ਆਜ ਉਹਨੇ ਟਵੀਟ ਕਰ ਦਿਆ ਅਮਿਤ ਸ਼ਾਹ ਜੀ ਨੇ। उन्होंने कहा है कि 8 स्कूलों में टोटल कितने स्कूल है 1024 स्कूल है हमारे। उन 1024 स्कूलों में से मात्र 8 स्कूलों में भारतीय जनता पार्टी और उनके पूर्व राष्ट्रीय अध्यक्ष को मात्र 8 स्कूलों में कुछ कुछ कमियां मिली हैं, बाकी सारे स्कूल सही हैं। सो मैं दिल्ली के बच्चों को बधाई देता हूँ और दिल्ली की पेरेंट्स को बधाई देता हूँ, टीचर्स को बधाई देता हूँ कि आप इतनी कठिन परीक्षा पास हो गए। आप मैं आपको दिखाता हूँ उस कमियों की सच्चाई क्या है जो उन्होंने कमियाँ निकाली है उसमें मात्र केवल। मैं अपने ये मोढ़ियाँ से गोढ़ियाँ तो बहुत दुखी सी, मेरे लिए तो तुरना फिरना भी इन्ना औखा है सी मैं दस भी नहीं सकता, पर जब तो मैनू फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3-1 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।